ਅੱਜ ਲੁਧਿਆਣਾ ਦੇ ਵਿੱਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੂੰ ਪੁਲਿਸ ਦੇ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ। ਦੱਸਿਆ ਜਾ ਰਿਹਾ ਕਿ ਕੁਝ ਦੇਰ ਸ਼ਿਮਲਾਪੁਰੀ ਥਾਣੇ ਦੇ ਵਿੱਚ ਬਿਠਾਉਣ ਦੇ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਅਕਾਲੀ ਲੀਡਰ ਦਾ ਇਲਜ਼ਾਮ ਹੈ ਕਿ ਉਹ ਲੰਗਰ ਸੇਵਾ ਕਰਦੇ ਨੇ ਤੇ ਉਹਨਾਂ ਦੇ ਕੋਲ ਈ ਪਾਸ ਵੀ ਸੀ, ਪਰ ਬਾਵਜੂਦ ਇਸ ਦੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਅਤੇ ਕੁਝ ਤਕਰਾਰ ਦੇ ਬਾਅਦ ਉਹਨਾਂ ਨੂੰ ਥਾਣੇ ਲਿਆ ਕੇ ਬਿਠਾ ਦਿੱਤਾ ਗਿਆ ਤੇ ਕੁਝ ਘੰਟੇ ਬੀਤਣ ਦੇ ਬਾਅਦ ਉਹਨਾਂ ਨੂੰ ਹੁਣ ਛੱਡ ਦਿੱਤਾ ਗਿਆ। ਸਰ, ਗਿੱਲਾਂ ਲਈ ਨਹਿਰ ਤੇ ਮੈਨੂੰ ਰੋਕਿਆ ਗਿਆ, ਮੈਂ ਜਿਹੜਾ ਜ਼ਰੂਰੀ ਡਾਕੂਮੈਂਟ ਸੀ ਆ ਡਿਜੀਟਲ ਪਾਸ ਦਿਖਾਇਆ ਗਿਆ, ਪਰ ਮੇਰੇ ਨਾਲ ਉੱਥੇ ਮਿਸਬਿਹੇਵ ਕੀਤਾ ਗਿਆ। ਕਹਿੰਦੇ ਨਹੀਂ, ਅਸੀਂ ਪਾਸ ਨੂੰ ਨਹੀਂ ਮੰਨਦੇ, ਸਾਰੇ ਪਾਸ ਰੱਦ ਹੈ। ਮੈਂ ਕਿਹਾ ਡਿਜੀਟਲ ਪਾਸ ਰਾਤ ਦਾ ਪਾਸ ਹੈ। ਇਹ ASI ਸਾਹਿਬ ਵੀ ਅੱਗੇ ਖੜੇ ਆ ਵੀ ਜਿਹੜੇ ਮੇਰੇ ਨਾਲ ਚੱਲ ਰਹੇ ਆ ਉਹਨਾਂ ਦੀ ਡਿਊਟੀ ਲੱਗੀ ਮੇਰੇ ਨਾਲ, ਪਰ ਇਹ ਨਹੀਂ ਮੰਨੇ। ਬਾਅਦ ਦੇ ਵਿੱਚ ਮੈਨੂੰ ਇੱਕ ਵਾਰੀ ਡਾਕੂਮੈਂਟ ਚੈੱਕ ਕਰਕੇ ਭੇਜਤਾ, ਫਿਰ ਇਹਨਾਂ ਨੂੰ ਪਤਾ ਨਹੀਂ ਕਿਹਦਾ ਫੋਨ ਆਇਆ, ਦੁਬਾਰਾ ਮੈਨੂੰ ਥਾਣੇ ਲੈ ਕੇ ਆਇਆ ASI ਸਾਹਿਬ ਨੂੰ ਫੋਨ, ਜਿਹੜੇ ਮੇਰੇ ਨਾਲ ਚੱਲ ਰਹੇ ਸੀ ਉਹਨਾਂ ਨੂੰ ਫੋਨ ਕਰਕੇ ਦੁਬਾਰਾ ਇੱਥੇ ਮੈਨੂੰ ਸ਼ਿਮਲਾਪੁਰੀ ਥਾਣੇ ਪਿਆ, ਮਿਸਬਿਹੇਵ ਕੀਤਾ ਗਿਆ। ਕਹਿੰਦੇ ਤੁਸੀਂ ਜਾਣਦੇ ਨਹੀਂ ਸਾਡਾ ਰੈਂਕ ਕੀ ਹੈ। ਮੈਂ ਤਾਂ ਹੈਰਾਨ ਹੁੰਦਾ ਵੀ ਲੰਗਰ ਦੀ ਸੇਵਾ ਕਰਨ ਵਾਸਤੇ ਵੀ ਰੈਂਕ ਚਾਹੀਦੇ ਆ। ਇੱਥੇ ਲੰਗਰ ਦੀ ਸੇਵਾ ਪਹਿਲੇ ਦਿਨ ਤੋਂ ਚੱਲ ਰਹੀ ਹੈ, ਕੋਈ ਅਸੀਂ ਇਹਨੂੰ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਸੀ, ਪਰ ਇਹ ਆਪ ਖੁਦ ਇਹੋ ਜਿਹੀ ਇਸ਼ੂ ਬਣਾ ਕੇ ਮੇਰੇ ਸਾਹਮਣੇ ਲੰਗਰ ਤੋਂ ਰੋਕਣਾ ਚਾਹੁੰਦੇ ਤੇ ਜਦੋਂ ਰੁਕਾਂਗੇ ਨਹੀਂ, ਅਸੀਂ ਸੇਵਾ ਕਰਦੇ ਰਹਾਂਗੇ। ਜੇ ਪਾਸ ਹੈਗਾ ਤਾਂ ਨਹੀਂ ਰੁਕਾਂਗੇ, ਜੇ ਨਹੀਂ ਪਾਸ ਦੇਵਾਂਗੇ ਅਸੀਂ ਘਰ ਬਹਿ ਜਾਵਾਂਗੇ। ਸਬ ਇੰਸਪੈਕਟਰ ਮੈਡਮ ਸਿਮਰਨਜੀਤ ਕੌਰ ਹੈ, ਇਹਨਾਂ ਨੂੰ ਕੋਈ ਪਿੱਛੋਂ ਡਾਇਰੈਕਸ਼ਨ ਆਈ DCP ਮੇਰੇ ਖਿਆਲ ਗੁਪਤਾ ਜੀ ਕਹਿ ਰਹੇ, ਸਚਿਨ ਗੁਪਤਾ ਜੀ ਹੁਣ ਕੋਈ ਕਾਰਵਾਈ ਨਹੀਂ ਕੀਤੀ। ਕਹਿੰਦੇ ਜਾਓ ਜੀ, ਪਹਿਲਾਂ ਇੰਨਾ ਜਲੀਲ ਕਰ ਰਿਹਾ ਹੁਣ ਸਿਰਫ ਮੈਂ ਤੁਹਾਨੂੰ ਦੱਸਿਆ ਵੀ ਸੇਵਾ ਤਾਂ ਰੋਕਣਾ ਚਾਹੁੰਦੇ ਆ। ਹੁਣ ਆ ਤਿੰਨ ਘੰਟੇ ਖਰਾਬ ਗਏ, ਇੱਕ ਘੰਟਾ ਹੋ ਗਿਆ ਜੀ ਇੱਥੇ। ਤਾਂ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ, ਜਦਕਿ ਅਕਾਲੀ ਲੀਡਰ ਗੁਰਦੀਪ ਸਿੰਘ ਗੋਸ਼ਾ ਪੁਲਿਸ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਕਿ ਕਿਸੇ ਦੀ ਸ਼ੈਅ ਦੇ ਉੱਤੇ ਹੀ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਦਾ ਸਮਾਂ ਬਰਬਾਦ ਕੀਤਾ ਗਿਆ। ਲੁਧਿਆਣਾ ਤੋਂ ਵਰੁਣ ਦੀ ਰਿਪੋਰਟ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।